ਪਾ ਪੁਰਾਣਾ ਸੰਦ ਦਿਖਾਉਣੇ ਇੱਕ ਕਿਸਾਨ ਭਰਾ ਕੋਲੇ ਹੋਰ ਬਈ ਗੁਰਵਿੰਦਰ ਕੀ ਹਾਲਚਲ ਹੈ ਠੀਕ ਆ ਬਈ ਵਧੀਆ ਆ ਦੇਖਣਾ ਠੀਕ ਆ ਬਈ ਵਧੀਆ ਪਾ ਪੁਰਾਣਾ ਸੰਦ ਦਿਖਾਉਣੇ ਇੱਕ ਕਿਸਾਨ ਭਰਾ ਕੋਲੇ ਢੋਲੀ ਨੂੰ ਬਈ ਕਿੰਨਾ ਟਾਈਮ ਹੋ ਗਿਆ ਬਈ 30 ਸਾਲਾਂ ਦੇ ਲੇਵੇ ਹੋ ਗਿਆ 30 ਸਾਲ ਹੋ ਗਏ ਇਸ ਢੋਲੀ ਨੂੰ ਤੇ ਲੋਹਾ ਜਿਹਾ ਦਿਖਾਈ ਗਿਆ ਦਾ ਆਪਾਂ ਜਿਵੇਂ ਜਿਵੇਂ ਪਈਆ ਵੇਖ ਲੋ ਬੋਕੀਆਂ ਜ਼ਰੂਰ ਬਦਲ ਦਿੰਨੇ ਆ ਹਾਂ ਬੋਕੀਆਂ ਬਦਲੀਆਂ ਕਲੀਆਂ ਤੇ ਆ ਵੀ ਨਾਲ ਦੀ ਹੈ ਹਨਾ ਸਾਰਾ ਕੁਝ ਨਾਲ ਦਾ ਆਹ ਅਰੀਜਨਲ ਪਿਆ ਵੀ ਚੀਜ਼ਾਂ ਵੀ ਸਾਰਾ ਕੁਝ ਅਰੀਜਨਲ ਹੈ ਗੱਲ ਤਾਂ ਇਹ ਕੁਝ ਵੀ ਨਹੀਂ ਅਰੀਜਨਲ ਕੀ ਕਰਦਾ ਭਾਈ ਟੱਕ ਵੀ ਅਰੀਜਨਲ ਹੈ ਟੱਕ ਵੀ ਅਰੀਜਨਲ ਹੈ ਵੀ ਇਹ ਲਫਾਫਾ ਬੰਨੇ ਪਿਆ ਇਹ ਵੀ ਨਹੀਂ ਬਦਲਿਆ ਇੱਕ ਬੋਕੀਆਂ ਹੀ ਬਦਲੀਆਂ ਬੋਕੀਆਂ ਜ਼ਰੂਰ ਬਦਲਦੇ ਆ ਤੇ ਗਲੀ ਨਹੀਂ ਹੈ ਨਾ ਕਿਤੋਂ ਵੀ ਪਟ્રોલ ਵਾਲੀਆਂ ਵਧੀਆਂ ਕਿ ਇਹ ਵਧੀਆਂ ਉਹ ਆਪਦੀ ਥਾਂ ਤੇ ਆ ਇਹ ਆਪ ਦੀ ਥਾਂ ਤੇ ਐ ਇਹ ਸਦਾਬਹਾਰ ਚੀਜ਼ ਐ ਹਾਂ ਇਹਨੂੰ 30 ਸਾਲ ਹੋ ਗਏ ਤੇ ਪਟ્રોલ ਵਾਲੀ ਢੋਲੀ 30 ਸਾਲ ਕੱਟ ਜੂਗੀ ਨਾ ਜੀ ਨਾ ਮਸਾਂ 2 ਸਾਲ ਕੱਢਦੀ ਐ ਮਸਾਂ ਹੀ ਕੱਢਦੀ ਐ ਉਹ ਵੀ ਜੇ ਸਵਾਰ ਰੱਖਾਂਗੇ ਤਾਂ ਜਮਾ ਹੈ ਤੇ ਇਹੇ ਵੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਨਾ 30 ਸਾਲ ਬਹੁਤ ਹੋ ਜਾਂਦੇ ਆ ਇਹ ਤਾਂ ਜੀ ਉਦੋਂ ਦੀ ਐ ਜਦੋਂ ਆਪਾਂ ਪਹਿਲਾਂ ਨਰਮੇ ਤੇ ਸਪਰੇਹਾਂ ਕਰਦੇ ਹੁੰਦੇ ਸੀ ਉਦੋਂ ਤਾਂ ਕੋਈ ਡਰਮ ਨਹੀਂ ਹੁੰਦੇ ਸੀ ਕੋਈ ਪਟ્રોલ ਵਾਲੀ ਨਹੀਂ ਹੁੰਦੀ ਸੀ ਸਾਰੀ ਇਸੇ ਨਾਲ ਹੀ ਸਪਰੇਹ ਹੁੰਦੀ ਸੀ ਗੱਲ ਆਪਾਂ ਮੇਨ ਲੋਹੇ ਦੀ ਕਰੀ ਜਾਨੇ ਆ ਨਾ ਕਿੰਨਾ ਵਧੀਆ ਲੋਹਾ ਆਉਂਦਾ ਸੀ ਪਹਿਲਾਂ ਕੋਣ ਜੀ ਕਿੱਥੇ ਆ ਇਹੋ ਜੀ ਚੀਜ਼ ਕਿੱਥੇ ਆਉਂਦੀ ਆ ਨਾ ਜਮਾ ਹੀ ਨਹੀਂ ਆਉਂਦੀ ਬਹੁਤ ਮਿੱਤਰੋ ਵੇਖ ਲੋ ਹਜੇ ਜੇ ਹੁਣ ਇਹਨੂੰ ਐਖੇ ਕਿ ਵੀ ਪੁਰਾਣਾ ਵਿਰਸਾ ਹੀ ਆ ਇੱਕ ਤਰ੍ਹਾਂ ਦਾ ਹਨਾ ਪੁਰਾਣਾ ਪੁਰਾਣੇ ਸੰਦ ਸਮਾਨ ਇਸ ਚੀਜ਼ਾਂ ਹੀ ਆ ਪਟੇ ਵੀ ਨਾਲ ਦੇ ਆ ਜਮਾ ਨਾਲ ਦਾ ਹੀ ਸਾਰਾ ਕੁਝ ਕੁਛ ਨਹੀਂ ਬਦਲਿਆ ਲਓ ਵੀ ਹਜੇ ਵੀ ਐਵੇਂ ਨਾ ਕਹੋ ਵੀ ਮੂ ਵੀਡੀਓ ਬਣਾਈਏ ਹਜੇ ਵੀ ਚੱਲਦੀ ਆ ਸਪਰੇਅ ਕਰੀ ਜੰਨੇ ਤੁਹਾਡੇ ਸਾਹਮਣੇ ਸਪਰੇਅ ਕਰਦਾ ਦਿਖਾਉਣੇ ਆਪਾਂ ਬਈ ਨੂੰ ਆ ਵੇਖੋ ਬਈ